ਹਾਂਜੀ ਸਤਿ ਸ਼੍ਰੀ ਅਕਾਲ ਭਾਈ, ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਹਿੰਮਤ ਟੀਵੀ ਯੂਟਿਊਬ ਚੈਨਲ 'ਤੇ। ਦੋਸਤੋ, ਅੱਜ ਦੀ ਵੀਡੀਓ ਪਿੰਡ ਕਾਲੇ ਕੇ, ਜ਼ਿਲ੍ਹਾ ਮੋਗਾ, ਤਹਿਸੀਲ ਬਾਘਾ ਪੁਰਾਣਾ। ਕਿਸੇ ਨੇ ਵੀ ਆਪਣਾ ਕੋਈ ਵੀ ਪਸ਼ੂ ਸੇਲ ਕਰਨਾ ਹੋਵੇ ਜਾਂ ਇੱਦਾਂ ਦੀ ਵੀਡੀਓ ਬਣਾਉਣੀ ਹੋਵੇ, ਮੇਰੇ ਨਾਲ ਸੰਪਰਕ ਕਰ ਸਕਦਾ। ਮੇਰਾ ਮੋਬਾਈਲ ਨੰਬਰ 98145 0968। ਅੱਜ ਦੀ ਵੀਡੀਓ ਦੇ ਵਿੱਚ ਬਿਲਕੁਲ ਸਸਤੀ ਮਿਲਦੀਆਂ ਤੁਹਾਨੂੰ, 4 ਵਹਿੜਾਂ ਵਿਖਾਉਣੀਆਂ, 3 ਜਰਸੀ ਨਸਲ ਦੀਆਂ, 1 ਕ੍ਰੋਸ ਅੰਗ ਦੀ ਹੈ। ਬਾਕੀ ਇਨਫੋਰਮੇਸ਼ਨ ਲੈ ਦੇਣਾ, 2 ਤਾਜ਼ੀਆਂ ਸੂਈਆਂ ਸਵਾਈਆਂ, ਇੱਕ ਦੇ ਮਗਰ ਵੱਛੀ, ਇੱਕ ਦੇ ਮਗਰ ਵੱਛਾ, ਭਾਅ ਛੋਟੇ ਹੀ ਹੋਣਗੇ। ਆਓ ਕਰਦੇ ਗੱਲਬਾਤ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਨਾਮ ਤੇਰਾ? ਨਾਮ ਜਸਕਰਨ, ਪਿੰਡ ਕਾਲੇ ਕੇ, ਤਹਿਸੀਲ ਬਾਘਾ ਪੁਰਾਣਾ, ਜ਼ਿਲ੍ਹਾ ਮੋਗਾ। ਫੋਨ ਨੰਬਰ ਦੱਸ? 98143-26-168। ਸੂਈ ਸਵਾਈ ਤੋਂ ਸ਼ੁਰੂ ਕਰ ਕੇ ਨਵਾਂ ਸੂਆ ਇਹ ਬਾਈ, ਦੂਜਾ ਸੂਆ, ਕੱਲ ਦੀ ਸੂਈ ਆ ਇਹ, ਠੀਕ ਹੈ, ਮਗਰ ਇਹਦੇ ਵੱਛੀ ਆ। ਅਤੇ ਜਿੱਥੋਂ ਆਪਾਂ ਲਈ, ਆਪਾਂ ਦੱਸਿਆ ਸੀਗਾ ਵੀ ਪਹਿਲੇ ਸੂਈ ਨੇ 13-14 ਕਿਲੋ ਦੁੱਧ ਦਿੱਤਾ, ਠੀਕ ਹੈ, ਅਤੇ ਵੀ ਇੰਨਾ ਕੁ ਐਰਕੀ ਦੇ ਦਿਓ। ਜੈ ਜੈ ਮੁੱਲਾ, ਜੈ ਜੈ ਮੁੱਲਾ। ਆਪਾਂ ਜੈ ਜੀ ਕਰਨਾ, 45,000 ਦੀ ਦੇ ਦਿੰਦੇ, ਠੀਕ ਹੈ। ਦੋਸਤੋ, ਇਹਦੇ ਮਗਰ ਵੱਛੀ ਆ, ਉਹਦੇ ਮਗਰ ਵੱਛਾ, ਠੀਕ ਹੈ। ਦੋਸਤੋ, ਕੱਲ੍ਹ ਦੀ ਬਾਈ ਕਹਿੰਦਾ ਸੂਈ ਆ, ਦੂਜੇ ਸੂਏ ਸੂਈ ਆ, 13-14 ਕਿਲੋ ਦੁੱਧ ਬਾਈ ਕਹਿੰਦਾ ਜਿਨ੍ਹਾਂ ਤੋਂ ਲਈ ਉਹ ਦੱਸਦੇ ਆ, ਪਹਿਲਾਂ ਥੱਲੋਂ ਚੋਇਆ ਬੱਚਾ, ਮਗਰ ਬਹੁਤ ਸੋਹਣੀ ਜਰਸੀ ਆ, ਬਦਾਮੀ ਰੰਗ ਦੀ ਆ, ਹੈ ਆਪ ਵੀ ਜਰਸੀ ਨਸਲ ਦੀ ਆ, ਪਰ ਇਹ ਹੈਗੀ ਆ ਚਿੱਟੇ ਰੰਗ ਦੀ, ਵਿੱਚ ਬਿੰਦੀਆਂ ਜੀਆਂ, ਸੀਲ ਸਾਊ ਬਹੁਤ ਆ। 13-14 ਕਿਲੋ ਦੁੱਧ ਪਹਿਲਾਂ ਨੇ ਦਿੱਤਾ, 45,000 ਦੀ ਦੇ ਦੇਣੀ ਆ, ਥਣ ਪੂਰਾ ਚੰਗਾ, ਆਦੀ ਚੁਆਈ ਵਾਲਾ, ਚਾਰਾਂ ਥਣਾਂ ਦਾ ਸੇਮ ਹੀ ਸਾਈਜ਼ ਆ, ਮੂਹਰਲੇ ਥਣ ਤੋਂ ਫਟਾਂਗੂ ਹੁਆਨਾ ਅੱਗੇ ਧੁੰਨੀ ਵਾਲੇ ਪਾਸੇ ਨੂੰ ਫਿਰਦਾ, ਅਗਾੜੀ 'ਚ ਦੁੱਧ ਵੀ ਚੰਗਾ ਹੋਊ, ਮੁੱਲ ਛੋਟਾ ਜਿਹਾ, 45,000 ਦੁੱਧ ਇਹਨਾਂ ਦਾ ਮੱਝਾਂ ਵਰਗਾ ਹੀ ਹੁੰਦਾ। 13-14 ਕਿਲੋ ਦੁੱਧ ਵਾਲੀ ਮੱਝ ਲੈਂਦੇ ਆ, 1,00,000 ਰੁਪਈਏ ਦੀ ਆਉਂਦੀ ਆ, ਅਤੇ ਮੱਝ ਦੇ ਮੁਕਾਬਲੇ ਮੁੱਲ ਇਹਨਾਂ ਦਾ ਅੱਧਾ ਹੀ ਹੁੰਦਾ, ਤਾਂ ਕਰਕੇ ਡਿਮਾਂਡ 'ਚ ਵੀ ਬਹੁਤ ਰਹਿੰਦੀਆਂ, ਹਰੇਕ ਭੈਣ ਭਰਾ ਦੀ ਡਿਮਾਂਡ ਹੁੰਦੀ ਬਾਈ ਯਾਰ ਜਰਸੀ ਘਰੇ ਦੁੱਧ ਪੀਣ ਨੂੰ ਲੈਣੀ ਆ, ਇਹਨੇ ਦੀ ਤਾਂ 45,000 ਦੀ ਤਾਂ ਫੰਡਰ ਮੱਝ ਆਉਂਦੀ ਇਕੱਲੀ ਪੂਛ ਵਾਲੀ, ਅਤੇ ਇਹਨੇ 1,00,000 ਰੁਪਈਏ ਵਾਲੀ ਮੱਝ ਦੇ ਬਰਾਬਰ ਦੁੱਧ ਦੇ ਦੇਣਾ। 13-14 ਕਿਲੋ ਬਾਈ ਦੱਸਦਾ ਦੁੱਧ ਪਹਿਲਾਂ ਨਹੀਂ ਦਿੱਤਾ, 13-14 ਮੰਨ ਕੇ ਅਗਲਾ ਸੌਦਾ ਕਰ ਲਏ, ਮਗਰ ਵੱਛੀ ਆਉਂਦੇ ਸੂਏ ਨੂੰ ਮਾਂ ਦੇ ਮਗਰ ਵੜ ਤਿਆਰ ਹੈ ਜੂ, ਤਿਆਰ ਹੋ ਜੂ, 45,000 ਚ ਮਾਣ ਹੋ ਜੂ, ਵੱਛੀ ਬਣੂਗੀ ਵੱਡੀ, ਬੱਚਾ ਬਹੁਤ ਸੋਹਣੀ ਵੱਛੀ ਹੈ, ਵੱਛੀ ਬਹੁਤ ਜਾਂਦੀ ਹੈ, ਚੰਗੀ ਸੇਵਾ ਸੰਭਾਲ ਗੌਰ ਹੋ ਜਾਂਦੀ, ਆਉਂਦੇ ਸੂਏ ਨੂੰ ਆਦੀ ਮਾਂ ਦੇ ਮਗਰ ਵੜ ਤਿਆਰ ਹੋ ਜੂ, ਬਿਲਕੁਲ ਛੋਟਾ ਜਿਹਾ ਪਾ, 45,000 ਵਿੱਚੋਂ ਮਾਣ ਹੋ ਜੂ, ਸੀਲ ਸਭ ਫੁੱਲ ਫੁੱਲ ਸੀਲ ਸਭ, ਠੀਕ ਹੈ, ਧਾਰ ਵੀ ਪੂਰੀ ਮੋਟੀ ਆ, ਬਾਕੀ ਗੱਭਣ ਦਾ ਵਹਿਮ ਹੁੰਦਾ, ਤਾਂ ਸੂਈ ਸਵਾਈ ਹੈਗੀ, 2 ਟਾਈਮ ਭਾਵਾਂ 4 ਟਾਈਮ ਝੋ ਕੇ ਲੈ ਜਾਓ, 2 ਨੰਬਰ 'ਤੇ ਆ ਜਾ ਬਾਈ, ਇਹ ਬਾਈ ਪਹਿਲਾ ਸੂਆ ਸੂਈ ਆ, ਠੀਕ ਹੈ, ਇਹ ਮੰਨ ਗੱਲ ਵੀ ਪਰਸੋਂ ਸ਼ਾਮ ਦੀ ਸੂਈ ਵੀ ਆ, ਰਾਤ ਦੀ, ਠੀਕ ਹੈ, ਇਹਦੇ ਮਗਰ ਵੱਛਾ ਹੈ, ਠੀਕ ਹੈ, ਅਤੇ ਇਹ ਪਹਿਲਾ ਸੂਆ ਮੰਨ ਕੇ ਚੱਲੋ ਵੀ 14-15 ਕਿਲੋ ਦੇ ਜਾਊਗੀ, ਇਹ ਥੋੜ੍ਹੀ ਜਿਹੀ ਵੱਡੀ ਆ ਉਹਦੇ ਨਾਲੋਂ, ਠੀਕ ਹੈ, ਹਾਂ, ਬੋਲਾ ਕਿੰਨਾ ਕਹੂ? ਬੋਲਾ ਬਾਈ ਹੁਣ ਹੋਊਗਾ ਵੀ 9-10 ਕਿਲੋ ਮੰਨ ਕੇ, ਬੰਦਾ ਜਿਹੜਾ ਮਰਜ਼ੀ ਆ ਜੀ, ਚੋ ਕੇ ਲੈ ਜੇ, ਚੋ ਕੇ ਲੈ ਜੇ, ਹਾਂ, ਕੱਢੀਏ ਬਾਹਰ ਨੂੰ। ਇਹ ਬਾਈ ਕਹਿੰਦਾ 14-15 ਕਿਲੋ ਦੁੱਧ ਪਿਆ ਜੂ, ਇਹ ਉਹਦੇ ਨਾਲ ਥੋੜ੍ਹੀ ਜਿਹੀ ਵੱਡੀ ਹੈ, ਬਾਕੀ ਹਾਈਟ ਤੁਸੀਂ ਵੇਖ ਹੀ ਰਹੇ ਹਾਂ, ਉਹਦੇ ਨਾਲ ਅੱਧੀ ਕੁ ਗੈਠ ਵੱਡੀ ਹੋਊਗੀ। 14-15 ਕਿਲੋ ਬਾਈ ਦੱਸਦਾ ਦੁੱਧ ਪਿਆ ਜੂ, 9-10 ਕਿਲੋ ਪਰਸੋਂ ਦੀ ਸੂਈ ਥੱਲੇ ਬੌਲੀ ਮੰਨ ਕੇ ਅਗਲਾ ਆ ਜੇ, ਚਵਾ ਕੇ ਬਾਈ ਕਹਿੰਦਾ ਦੇ ਦੂ, 9-10 ਕਿਲੋ ਕੰਡੇ ਵਾਲੀ ਬੌਲੀ ਤਿਆਰ ਹੈ, ਸੀਲ ਸਾਊ ਇਹ ਵੀ ਬਹੁਤ ਹੈ, ਠੰਡੀ ਸੀਲ ਸਾਰੀਆਂ ਹੀ ਆ, ਆਪਾਂ ਸਾਰਿਆਂ ਦੇ ਹੱਥ ਫੇਰ ਕੇ ਦਿਖਾਵਾਂਗੇ, ਨਹੀਂ ਅਗਲਾ ਇੱਕ ਹੀ ਠੰਡੀ ਸੀਲ ਹੁੰਦੀ ਆ ਉਹਦੀ ਹੱਥ ਫੇਰ ਦਿੰਦਾ, ਦੂਜਿਆਂ ਕਹਿੰਦਾ ਐ, ਹਨਾ, ਸਹੀ ਹੈ, ਆਪਾਂ ਤਸੱਲੀ ਸਾਰੀਆਂ ਕਰਕੇ ਦਿਖਾਵਾਂਗੇ। ਦੋਸਤੋ, ਪੂਰੀ ਸੀਲ ਸਾਊ, ਬਾਕੀ ਜਰਸੀਆਂ ਸੀਲ ਸਾਊ ਹੀ ਹੁੰਦੀਆਂ, ਥਣ ਸੋਹਣੇ ਆ, ਚਾਰਾਂ ਥਣਾਂ ਦਾ ਸੇਮ ਹੀ ਸਾਈਜ਼, ਅਗਲਾ ਇੱਕ ਦੇ ਹੱਥ ਫੇਰ ਲਾਉਂਦਾ, ਸਹੀ ਆ, ਸਾਰੀਆਂ ਸੀਲ ਸਾਊ ਆ, ਬਾਕੀ ਜਰਸੀਆਂ ਸੀਲ ਹੀ ਹੁੰਦੀਆਂ, ਤਾਂ ਕਰਕੇ ਡਿਮਾਂਡ 'ਚ ਬਹੁਤ ਰਹਿੰਦੀਆਂ, ਹਰੇਕ ਭੈਣ ਭਰਾ ਦੀ ਡਿਮਾਂਡ ਹੁੰਦੀ ਆ, ਸੀਲ ਸਾਊ ਜਰਸੀ ਲੈਣੀ ਆ, ਪਰ ਹੁੰਦੀਆਂ ਹੀ ਸੀਲ ਆ ਇਹ, ਬਾਕੀ ਥਾਣੇ ਨੂੰ ਵੀ ਬਹੁਤ ਸੋਹਣੇ, ਥਣ ਸੋਹਣੇ ਆ ਇਹਦੇ, ਜੈ ਜੈ ਮੁੱਲ ਛੋਟਾ ਜਿਹਾ ਇਹਦਾ ਵੀ,
ਇੱਕ ਨੰਬਰ 45,000 ਦੀ, ਦੋ ਨੰਬਰ 47,000 ਦੀ। ਦੁੱਧ 14-15 ਕਿਲੋ ਪਿਆ ਜੂ। ਬਦਾਮੀ ਰੰਗ ਦੀ ਜਰਸੀ ਹੈ, ਇਹਦੇ ਮਗਰ ਵੱਛਾ, ਇਹਦੇ ਮਗਰ ਵੱਛੀ ਹੈ। ਇਹ 45,000 ਦੀ ਦੇ ਦੇਣੀ। ਇਹ 13-14 ਕਿਲੋ ਦੁੱਧ ਪੈ ਜੂ। ਬਾਕੀ ਕਿਲੋ 2 ਕਿਲੋ ਦੁੱਧ ਆਪਣੀ ਸੇਵਾ 'ਤੇ ਹੁੰਦਾ। ਜੇ 2 ਕਿਲੋ ਦਾਣਾ ਵੱਧ ਪਾ ਦਿਆਂਗੇ 2 ਕਿਲੋ ਪਸ਼ੂ ਦੁੱਧ ਵੱਧ ਪਿਆ ਜਾਂਦਾ, ਅਤੇ ਜੇ ਘੱਟ ਪਾ ਦਿਆਂ ਕਿਲੋ ਘੱਟ ਪਿਆ ਜੂ। 3 ਨੰਬਰ 'ਤੇ ਆ ਜਾ ਬਾਈ। ਇਹ ਵੀ ਆਪਾਂ ਨੂੰ ਦੱਸਣ ਮੁਤਾਬਕ ਦੂਜਾ ਸੁਣਦੀ ਆ। ਅਤੇ ਸੂਣ 'ਚ ਲੈ ਜੂਗੀ 5-4 ਦਿਨ ਲੈ ਜਾਵੇ, ਹਫ਼ਤਾ ਲੈ ਜਾਵੇ। ਠੀਕ ਹੈ। ਹਾਂ, ਦੁੱਧ ਇਹ ਵੀ ਆਪਣੇ ਜਿਸ ਲਈ ਆਪਾਂ ਨੂੰ 14-15 ਕਿਲੋ ਦੱਸ ਰਿਹਾ ਸੀਗਾ ਵੀ ਇੰਨਾ ਕਿਸ਼ਤ ਹੋਇਆ। ਜੈ ਜਮੁੱਲ। ਇਹ ਵੀ 45 ਦੇ ਦਾਂਗੇ। 3 ਨੰਬਰ ਵੀ ਬਾਈ ਕਹਿੰਦਾ 45,000 ਦੀ ਦੇ ਦਿਆਂਗੇ। ਇੱਕ ਹੋਰ ਆਫਰ ਦੇ ਦੇਣਾ। ਠੀਕ ਹੈ। ਇੱਕ ਸੂਈ ਦੇ ਨਾਲ ਇੱਕ ਗੱਬਨ ਲਊਗਾ, ਉਹ 83,000 ਦਾ ਜੋੜਾ। 83,000 ਦਾ, ਠੀਕ ਹੈ। ਇੱਕ ਸੂਈ ਤੇ ਇੱਕ ਗੱਬਨ। ਇੱਕ ਸੂਈ ਤੇ ਬਾਈ ਕਹਿੰਦਾ ਇੱਕ ਗੱਬਨ, ਜਿਹੜਾ ਜੋੜਾ ਲਊ 83,000 ਦਾ। ਊਂ ਤਾਂ ਜੋੜਾ 90 ਬਾਹਰ ਜਾਊਗਾ, ਅਤੇ ਪਰ ਐਂ ਬਾਈ ਕਹਿੰਦਾ 83,000 ਦਾ ਜੋੜਾ ਦੇ ਦੇਣਾ ਦੁੱਧ। ਇਹ ਵੀ ਬਾਈ ਕਹਿੰਦਾ 14-15 ਕਿਲੋ ਪਹਿਲੇ ਸੂਏ ਪਿਆ ਗਈ ਆ, 5 ਦਿਨਾਂ ਦੀ ਕੱਚੀ ਆ, 5-7 ਦਿਨਾਂ ਦੇ ਵਿੱਚ ਵਿੱਚ ਸੂ ਪੂ। ਇਹ ਵੀ 1-2 ਬੈਠ ਵਾਂਗੂ ਸੋਹਣਾ ਹਵਾਨਾ ਤਿਆਰ ਕਰਕੇ ਸੂ, ਇਕੱਲੀ ਦਿਨ ਜ਼ਰੂਰ ਲੈਂਦੀ ਆ 5-7। ਹਾਂ, ਥਾਣੇ ਇਹਦੇ ਵੀ ਸੋਹਣੇ, ਗੁਲਾਬੀ ਥਾਣਾ, ਅੱਧੀ ਚਵਾਈ ਵਾਲੇ, ਵਾਲ ਢਿੱਲਾਂ ਬਹੁਤ ਪਈਆਂ। ਇਕੱਲੀ ਕੱਚੀ ਕੱਚੀ ਹੈ, ਜਿੱਦਣ ਤਿਆਰ ਹੋ ਜਾਂਦੀ ਆ ਸੋਹਣਾ ਵੱਡਾ ਹਵਾਨਾ ਤਿਆਰ ਕਰਕੇ ਸੂ। ਮੂੰਹ ਮੱਥੇ ਦੀ ਸੋਹਣੀ ਆ। 45,000 ਚੋਂ ਬਾਈ ਕਹਿੰਦਾ ਮਾਣ ਕਰ ਦੂੰਗਾ। ਜੇ ਕੋਈ ਜੋੜਾ ਇੱਕ ਗੱਬਣ ਅਤੇ ਇੱਕ ਸੂਈ ਲੈ ਲੈਂਦਾ, ਮਤਲਬ ਆਹੀ ਜੋੜਾ ਲੈ ਲਓ ਤੁਸੀਂ, ਇਹਦਾ ਮੁੱਲ ਹੈ 47,000। ਇਹਦਾ ਮੁੱਲ 45,000, 92,000 ਮੁੱਲ ਬਣਦਾ। 83,000 ਦਾ ਬਾਈ ਕਹਿੰਦਾ ਜੋੜਾ ਦੇ ਦੇਣਾ। ਜੇ ਕੋਈ ਜੋੜਾ ਲੈ ਲੈਂਦਾ, ਇਹਦਾ 47 ਮੁੱਲ ਹੈ, ਉਹਦਾ 45 ਮੁੱਲ ਆ, 92,000 ਬਣਦਾ। 83 ਦਾ ਜੋੜਾ ਦੇ ਦੇਣਾ। ਠੀਕ ਹੈ, ਜਿਹੜਾ ਮਰਜ਼ੀ ਜੋੜਾ ਲੈ ਲਓ, 83,000 ਦਾ ਬਾਈ ਕਹਿੰਦਾ ਦੇ ਦਿਆਂਗੇ। ਜੇ ਤੁਸੀਂ ਆਪ ਜੋੜਾ ਨਹੀਂ ਲੈ ਸਕਦੇ, ਇੱਕ ਅੱਧਾ ਕੋਈ ਆਪਦੇ ਭੈਣ ਭਰਾ ਨੂੰ ਲੈ ਦਿਓ, ਤੁਹਾਡਾ 5-7,000 ਦਾ ਫਾਇਦਾ ਹੋ ਜੂ। ਲਾਸਟ ਤੇ ਆ ਜਾ ਬਾਈ। ਇਹ ਬਾਈ ਕ੍ਰੋਸ ਹੋਇਆ ਜਿਹੜਾ, ਇਹ ਵੀ ਆਪਾਂ ਨੂੰ ਦੱਸਣ ਦਾ ਦੂਜੇ ਹੀ ਸੁਣਦੀ ਆ। ਦੁੱਧ ਪਾ ਜੂਗੀ 15-16 ਕਿਲੋ। ਇਹਦੀ ਇੱਕ ਨਕੀ ਫੋਟ ਆ, ਤੇ ਉਹ ਚ ਸਰਾਖ ਹੈ ਨਹੀਂਗਾ ਕੋਈ ਵੀ। ਠੀਕ ਹੈ, ਉਹ ਵੈਸੇ ਉਦਾਂ ਹੀ ਆ। ਹਾਂ, ਉਹ ਚ ਐ ਨਹੀਂਗਾ ਵੀ ਕੋਈ ਸਰਾਖ ਹੈ ਨਹੀਂਗਾ। ਜੈ ਜਮੁੱਲ। ਇਹ ਵੀ 45 ਦੀ ਦੇ ਦਾਂਗੇ। 4 ਨੰਬਰ ਕ੍ਰੋਸ ਅੰਗ ਦੀ ਵੈੜ ਆ, 15-16 ਕਿਲੋ ਬਾਈ ਦੱਸਦਾ ਦੁੱਧ ਪਿਆ ਜੂ। ਇਹ ਵੀ 45,000 ਦੀ ਦੇ ਦਿਆਂਗੇ। ਬਹਿਣੀ ਵਾਲੇ ਪਾਸੇ ਇੱਕ ਬੁੱਬੀ ਜੀ ਹੈਗੀ ਆ ਬਾਈ ਕਹਿੰਦਾ, ਉਹਦੇ 'ਚ ਮੇਰੂ ਹੈ ਨਹੀਂ, ਦੂਜੇ ਥਣਾਂ ਦੇ ਮੁਕਾਬਲੇ ਉਹਦਾ ਸਾਈਜ਼ ਵੀ ਛੋਟਾ, ਮਸਾਂ ਚੀਜ਼ੀ ਦੇ ਫੁੱਲ ਜਿਹੇ ਵਾਂਗੂ ਹੋਣੀ ਆ, ਪਰ ਬਾਈ ਕਹਿੰਦਾ ਚੱਲਦੀ ਨਹੀਂ। ਬਾਕੀ ਤੁਸੀਂ ਆ ਕੇ ਵੇਖ ਹੀ ਲੈਣੀ ਆਪਦੀ ਅੱਖਾਂ ਨਾਲ। ਹਾਂ ਬਾਈ, ਆਪਦੀ ਅਗਲਾ ਨਿਰਖ ਪਰਖ ਕਰਕੇ ਆਪਣੇ ਘਰੇ ਆ ਕੇ ਫੇਰ ਲੈ। ਹਾਂ, 45,000 ਦੀ ਬਾਈ ਕਹਿੰਦਾ ਦੇ ਦੇਣੀ ਆ। 4 ਨੰਬਰ ਲਾਸਟ, ਬਹਿਣੀ ਵਾਲੇ ਪਾਸੇ ਦੋਹਾਂ ਥਣਾਂ ਦੇ ਵਿਚਾਲੇ ਇੱਕ ਬੁੱਬੀ ਜੀ ਹੈ, ਆ ਵੇਖ ਲਓ, ਇਹ ਚੱਲਦੀ ਨਹੀਂ। ਇਹ ਦਿਨ ਨਹੀਂ ਵਾੜੇ ਲੈਂਦੀ। ਠੀਕ ਹੈ, ਇਹ ਤਕਰੀਬਨ 4 ਨਹੀਂ ਮੰਨ ਕੇ ਲਵੇ, ਕੋਈ ਬਾਅਦ 2 ਦਿਨ ਮਸਾਂ ਹੀ ਕੱਢੂਗੀ। ਇਹ ਬਾਈ ਕਹਿੰਦਾ 2 ਦਿਨ ਹੀ ਮਸਾਂ ਕੱਢੂ, ਤਿਆਰ ਮੰਨ ਕੇ ਹੀ ਲਵੇ। ਦੁੱਧ 15-16 ਕਿਲੋ ਬਾਈ ਦੱਸਦਾ ਪਿਆ ਜੂ। ਅੱਜ ਦੀ ਵੀਡੀਓ ਦੇ ਵਿੱਚ ਇਹ ਵੀਰ ਜਿਸ ਕਰਨ ਦੀਆਂ 4 ਵਹਿੜਾਂ, 2 ਤਾਜ਼ੀਆਂ, 2 ਗੱਬਣਾਂ, ਇੱਕ ਦੇ ਮਗਰ ਵੱਛੀ, ਇੱਕ ਦੇ ਮਗਰ ਵੱਛਾ, ਮੁੱਲ ਜਮਾਂ ਜਾਇਜ਼, ਬਿਲਕੁਲ ਸਸਤੇ ਮੁੱਲ ਦੀਆਂ 4 ਵਹਿੜਾਂ। ਜੇ ਕੋਈ ਜੋੜਾ ਲੈ ਲੂਗਾ ਫਿਰ 41,000 ਦਾ ਬਾਈ ਕਹਿੰਦਾ ਜੋੜਾ ਦੇ ਦੇਣਾ ਆਪਾਂ, 41,000 ਦਾ। ਵਿੱਚੋਂ ਕੋਈ ਗੱਲ ਨਹੀਂ, 500 ਛੋੜ ਵੀ ਕਰ ਦੂ ਜੋੜੇ 'ਚੋਂ, ਬੇਫਿਕਰ ਹੋ ਕੇ ਆ ਜਾਓ। ਇਕੱਲੀ ਵਾਲਾ ਨਾ ਕਵੇ ਵੀ 41,500 ਦੀ ਕਹੀ ਆ। ਠੀਕ ਹੈ, ਇਕੱਲੀ ਇਕੱਲੀ ਦਾ ਮੁੱਲ ਅੱਡੀ ਆ। ਠੀਕ ਹੈ, ਕਿਉਂਕਿ ਮੁੜ ਕੇ ਆਪਾਂ ਅੱਗੇ ਕਿਹੜਾ ਵੀਡੀਓ 'ਚ ਕਹਿੰਦੇ ਮੁੜ ਕੇ ਬਾਈ ਗਰਾਰੀ ਡਾਉਣ ਲੱਗ ਜਾਂਦੇ ਕਈ, ਵੀ ਤੂੰ ਐਂ ਗਿਆ ਸੀਗਾ ਨਾ। ਇਕੱਲੀ ਇਕੱਲੀ ਦਾ ਮੁੱਲ ਬਾਈ ਕਹਿੰਦਾ ਓਨਾ ਹੀ ਆ ਜਿੰਨਾ ਕੀਤਾ, ਜੋੜੇ ਜੋੜਾ 41,000 ਦਾ ਦੇ ਦੇਣਾ, ਬੇਫਿਕਰ ਹੋ ਕੇ ਆ ਜਾਓ। ਜੋੜਾ 41,500 ਦਾ, ਵਿੱਚੋਂ ਛੋੜ ਕਰ ਦੂ 500, ਬੇਫਿਕਰ ਹੋ ਕੇ ਆ ਜਾਓ। ਬਾਕੀ ਫੋਨ ਨੰਬਰ ਸਕਰੀਨ 'ਤੇ ਆ,
ਇਦੂ ਘੱਟ ਮੁੱਲ ਤਾਂ ਫਿਰ ਤੁਹਾਨੂੰ ਪਤਾ ਆਉਂਦਾ ਵੀ ਕੀ ਆ, 14-14 15-15 ਕਿਲੋ ਦੁੱਧ ਆ ਮੱਝਾਂ 1,00,000 ਰੁਪਈਏ ਦੀਆਂ ਆਉਂਦੀਆਂ, ਤੇ ਇਹਨਾਂ ਦਾ ਮੁੱਲ 41,000-41,000 ਜੋੜੇ 'ਚ ਪੈ ਜਾਣਾ, ਤੇ ਇਹਨਾਂ ਦੀ ਤਾਂ ਫੰਡਰ ਮੱਝ ਨਹੀਂ ਆਉਂਦੀ, ਫੰਡਰ ਮੱਝ ਵੀ ਵੇਚਦੇ ਆ ਘੱਟੋ ਘੱਟ 50-55,000 ਦੀ ਫੰਡਰ ਮੱਝ ਚੰਗੀ ਭਾਰੀ ਵਿਕ ਜਾਂਦੀ ਆ, ਤੇ 45-47,000 ਦੀ ਤਾਂ ਲੱਸੀ ਜੀ ਫੰਡਰ ਮੱਝ ਵੀ ਵਿਕ ਜਾਂਦੀ ਆ, ਤੇ ਉਹਨਾਂ ਦੇ ਮੁਕਾਬਲੇ ਸੱਜਰ ਵਹਿੜਾ ਮਿਲ ਜਾਣੀ ਆ, ਤੇ 1,00,000 ਵਾਲੀ ਮੱਝ ਵਾਲਾ ਦੁੱਧ ਦੇਣੇ 45-41,000 ਵਾਲੀ ਵਹਿੜ ਨੇ ਦੇ ਦੇਣਾ। ਬਾਕੀ ਫੋਨ ਨੰਬਰ ਸਕਰੀਨ 'ਤੇ, ਬਿਲਕੁਲ ਸਸਤੇ ਮੁੱਲ ਦੀਆਂ 4 ਜਰਸੀਆਂ ਜਿਹਦੇ ਜਿਹੜੀ ਵੀ ਪਸੰਦ ਆਉਂਦੀ ਆ ਫੋਨ ਨੰਬਰ ਸਕਰੀਨ 'ਤੇ ਚੱਲੀ ਜਾਂਦਾ। ਲਾਸਟ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ, ਜਲਦ ਮਿਲਦੇ ਆ ਕਿਸੇ ਹੋਰ ਨੂੰ ਵੀਡੀਓ ਦੇਣਾ।